से स्वागत कीजिए टैग नंबर 106 गुरदीप कौर. Sorry,
ਮੈਨੂੰ ਪਤਾ ਨਹੀਂ ਸੀ ਪਤਾ ਨਹੀਂ ਰੈਂਡਮਲੀ ਤੁਹਾਨੂੰ ਇਹ ਵਾਲਾ ਕੁਐਸਚਨ ਆ ਗਿਆ ਮੈਮ ਬਟ ਮੇਰੇ ਸਾਸੂ ਮਾਂ ਨੇ ਉਹਨਾਂ ਦੀ ਕਮੀ ਮੇਰੀ ਬਹੁਤ ਬੁਰੀ ਕੀਤੀ ਜਦੋਂ ਪਹਿਲੀ ਵਾਰੀ ਮੇਰੇ ਪਿਤਾ ਜੀ ਇੱਧਰ ਆਏ ਸੀ ਮੇਰੇ ਹਸਬੈਂਡ ਦੇ ਘਰ ਵਿੱਚ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਬੇਟਾ ਤੈਨੂੰ ਉੱਥੇ ਮਾਂ ਦੀ ਕਮੀ ਨਹੀਂ ਮਹਿਸੂਸ ਹੋਏਗੀ ਅਤੇ ਮੈਂ ਫਖਰ ਨਾਲ ਕਹਿੰਦੀ ਹਾਂ ਉਹ ਮੇਰਾ ਬਹੁਤ ਧਿਆਨ ਰੱਖਦੇ ਆ ਬਹੁਤ ਜ਼ਿਆਦਾ ਜਿਵੇਂ ਅੱਜ ਮਤਲਬ ਸੂਟ ਪਾ ਲਾਂ ਜਾਂ ਮੈਂ ਇੱਕ ਲੌਂਗ ਡਰੈਸ ਪਾ ਲਾਂ ਮੈਂ ਉਹਨੂੰ ਕੈਰੀ ਹੀ ਨਹੀਂ ਕਰ ਪਾਵਾਂਗੀ ਉਹ ਮੇਰੇ ਲਈ ਫੈਸ਼ਨ ਨਹੀਂ ਹੋਊਗਾ ਐਗਜ਼ੈਕਟ ਰਾਈਟ ਆਨਸਰ ਤੇ ਤੁਸੀਂ ਆਪਣੀ ਆਊਟਫਿਟ ਨੂੰ ਡਿਫਾਈਨ ਕਰ ਸਕਦੇ ਹੋ ਦਿਸ ਇਜ਼ ਧੋਤੀ ਐਂਡ ਦਿਸ ਇਜ਼ ਕੁੜਤਾ ਇਨੋ ਵੈਸਟਰਨ ਕਿਹਾ ਗਿਆ ਸੀਗਾ ਮਤਲਬ ਮਰਜ਼ੀ ਸੀਗੀ ਸਾਨੂੰ ਕੁਛ ਵੀ ਵੇਅਰ ਕਰਨਾ ਸੀਗਾ ਅਤੇ ਮੈਂ ਅੱਜ ਕੱਲ੍ਹ ਵੈਸੇ ਕਹਿੰਦੇ ਕਿ ਧੋਤੀ ਮੁੰਡੇ ਹੀ ਪਾਓ ਬਟ ਆਪਾਂ ਕਹਿੰਦੇ ਹਾਂ ਕੁੜੀਆਂ ਮੁੰਡਿਆਂ ਨਾਲੋਂ ਬਰਾਬਰ ਦੇ ਨੇ ਅਤੇ ਫਿਰ ਅਸੀਂ ਕਿਉਂ ਧੋਤੀ ਨਹੀਂ ਪਾ ਸਕਦੇ ਅਸੀਂ ਵੀ ਉਹ ਪਾ ਸਕਦੇ
ਤੁਹਾਨੂੰ ਡਰੈਸਿਕ ਚੇਂਜ ਦੇਖਣ ਨੂੰ ਮਿਲੂਗਾ ਲਾਈਕ ਜਿਹੜੀ ਵਾਕ ਮੈਂ ਅੱਜ ਦੇਖ ਰਿਹਾ ਮੈਂ ਆਪਣੇ ਆਪ 'ਚ ਇੰਨਾ ਕੰਫੀਡੈਂਸ ਹੈ ਕਿ ਮੈਨੂੰ ਇੱਕ ਗ੍ਰੈਂਡ ਫਿਨਾਲੇ ਵਾਲੇ ਦਿਨ ਇੱਕ ਵਾਕ ਵੀ ਦੇਖਣ ਨੂੰ ਮਿਲੂਗੀ ਸੋ ਇੰਨੇ ਵਧੀਆ ਤੁਸੀਂ ਬੋਲੇ ਇੰਨਾ ਵਧੀਆ ਤੁਹਾਡਾ ਬਣਿਆ ਵਾਕ ਵੀ ਕੰਫੀਡੈਂਸ ਲੈ ਕੇ ਆਓ ਨਾਲੇ ਜਦੋਂ ਕਦੇ ਵੀ ਵਾਕ ਕਰਨੀ ਹੈ ਤੁਹਾਡਾ ਆਈ ਕੋਂਟੈਕਟ ਸਾਹਮਣੇ ਹੋਣਾ ਚਾਹੀਦਾ ਅੱਖ ਕਦੇ ਵੀ ਨੀਚੇ ਨਹੀਂ ਹੋਣੀ ਚਾਹੀਦੀ ਜਿੱਥੇ ਮਰਜ਼ੀ ਵਾਕ ਕਰ ਰਹੇ ਹੋ ਆਈ ਕੋਂਟੈਕਟ ਉੱਪਰ ਅਤੇ ਕੁਛ ਨਾ ਸਾਈਨ ਹੁੰਦੇ ਨੇ ਆਪਣੀ ਬੋਡੀ ਦੇ ਜੈਸਟਿਸ ਹੁੰਦੇ ਨੇ ਜਦੋਂ ਆਪਾਂ ਤੁਰਦੇ ਹਾਂ ਜਿੱਥੋਂ ਬੰਦਾ ਬਹੁਤ ਜ਼ਿਆਦਾ ਨਰਵਸ ਆ ਤੁਸੀਂ ਆਪਣੇ ਨੇਲਸ ਨੂੰ ਇੱਕ ਫੜ ਰਹੇ ਸੀ ਉਂਗਲੀਆਂ ਫੜ ਰਹੇ ਸੀ ਹੈ ਨਾ ਪਿੱਛੇ ਜਾ ਕੇ ਤੁਸੀਂ ਮੂੰਹ ਨੀਚੇ ਕਰਕੇ ਇੱਥੋਂ ਆਪਣਾ ਸੂਟ ਫੜ ਕੇ ਮਤਲਬ ਪਤਾ ਚੱਲ ਰਿਹਾ ਸੀ ਕਿ ਨਰਵਸ ਹੋ ਰਹੇ ਹੋ ਤੁਸੀਂ ਸੋ ਇਹ ਤਾਂ ਹਜੇ ਫਸਟ ਸਟੈਪ ਆ ਜਿਵੇਂ ਜਿਵੇਂ ਅੱਗੇ ਕੰਪਟੀਸ਼ਨ ਵਧੂਗਾ ਉੱਥੇ ਚੀਜ਼ਾਂ ਦੀ ਨੈਗੇਟਿਵ ਮਾਰਕਿੰਗ ਹੋਊਗੀ ਅੱਜ ਮੇ ਵੀ ਥੋੜ੍ਹੀ ਨੈਗੇਟਿਵ ਮਾਰਕਿੰਗ ਹੋਊਗੀ ਬਟ ਜਿਵੇਂ ਜਿਵੇਂ ਅੱਗੇ ਕੰਪਟੀਸ਼ਨ ਵਧੂਗਾ ਯੂ ਹੈਵ ਟੂ ਟੈਕਲ ਦੀ ਲੋਜ ਇਹ ਦੇਖਣੀਆਂ ਪੈਣੀਆਂ ਤੁਹਾਨੂੰ ਹੋਰੇ ਤੋਂ ਸਿੱਖਣੀਆਂ ਪੈਣੀਆਂ ਯੂਟਿਊਬ ਜਾਓ ਗੂਗਲ ਤੋਂ ਬੜਾ ਟੀਚਰ ਕੋਈ ਨਹੀਂ ਵਾਕ ਦੇਖੋ ਅਤੇ ਬਹੁਤ ਵਧੀਆ ਬੋਲੇ ਤੁਸੀਂ ਬਟ ਵਾਕ ਦੇ ਵਿੱਚ ਨੈਕਸਟ ਟਾਈਮ ਹੋਰ ਕੰਫੀਡੈਂਸ ਲੈ ਕੇ ਮੈਂ ਸਰਦੀ ਸਰ ਨੂੰ ਅੱਗੇ ਜ਼ਰੂਰ ਇਲੈਬੋਰੇਟ ਕਰਾਂਗੀ ਕਿ ਬਾਕੀ ਜਦੋਂ ਅੱਜ ਵੀ ਮੈਂ ਉਸ ਸੀਜ਼ਨ ਲਾਸਟ ਸੀਜ਼ਨ ਦੀ ਗਰੂਮਿੰਗ ਕਲਾਸਿਸ ਦੇ ਬਾਰੇ ਗੱਲ ਕਰਾਂ ਤਾਂ ਉਸ ਦਿਨ ਉਹਨਾਂ ਦਿਨਾਂ 'ਚ ਅਸੀਂ ਇੰਨਾ ਕੁਛ ਸਿੱਖਿਆ ਵਾਕ ਜੋ ਸਾਨੂੰ ਲੱਗਦਾ ਸੀ ਕੈਟ ਵਾਕ ਕਰਨੀ ਕੋਈ ਔਖੀ ਨਹੀਂ ਇੱਕ ਪੈਰ ਦੇ ਅੱਗੇ ਦੂਜਾ ਪੈਰ ਰੱਖਣਾ ਐਂਡ ਦਿਸ ਇਜ਼ ਕੈਟ ਵਾਕ ਨੋ ਦਿਸ ਇਜ਼ ਨੋਟ ਕੈਟ ਵਾਕ ਵਾਕਈ ਪਰਮਿੰਦਰ ਸਰ ਮੈਂ ਦਿਲੋਂ ਤੁਹਾਨੂੰ ਇਸ ਚੀਜ਼ ਲਈ ਥੈਂਕ ਯੂ ਕਰਦੀ ਹਾਂ ਉਹ ਗਰੂਮਿੰਗ ਕਲਾਸਿਸ ਲਈ ਜਿਹਨਾਂ ਵਿੱਚ ਅਸੀਂ ਕਿ ਸਾਨੂੰ ਐਗਜੈਕਟਲੀ ਕੈਟ ਵਾਕ ਦਾ ਮਤਲਬ ਸਮਝ ਆਇਆ ਅਤੇ ਜਿਹੜਾ ਸਾਨੂੰ ਲੈਫਟ ਐਸ ਰਾਈਟ ਐਸ ਬਹੁਤ ਸਾਰੇ ਮੂਵਸ ਸਿਖਾਏ ਸੀ ਉਹਨਾਂ ਲਈ ਦਿਲੋਂ ਵੈਰੀ 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 ਮੱਚ ਥੈਂਕ ਯੂ ਟੂ ਤੁਸੀਂ ਆਪਣੇ ਆਪ ਨੂੰ ਵੀ ਜੇ ਗਰੂਮਿੰਗ ਸੈਸ਼ਨ ਅਟੈਂਡ ਕਰੋਗੇ ਨਾ ਕੁਝ ਹੋਰ ਲੈਵਲ ਤੇ ਦੇਖੋਗੇ ਸੀਰੀਅਸਲੀ ਇਫੈਕਟ ਹੈ ਕਿ ਤੁਹਾਨੂੰ ਬਹੁਤ ਕੁਝ ਲਰਨ ਕਰਨ ਨੂੰ ਮਿਲੇਗਾ ਰੱਬ ਕਰੇ ਤੁਸੀਂ ਅੱਗੇ ਵੀ ਜਾਓ ਸਾਡੇ ਅਗਲੇ ਮਤਲਬ ਅੱਜ ਦੇ ਸ਼ੋਅ ਤੋਂ ਅੱਗੇ ਸਾਰੇ ਕੰਟੈਸਟੈਂਟਸ ਅੱਗੇ ਕੰਟੀਨਿਊ ਕਰੋ ਅਤੇ ਅੱਗੇ ਜਾ ਕੇ ਜਦੋਂ ਤੁਸੀਂ ਗਰੂਮਿੰਗ ਕਲਾਸਿਸ 'ਚ ਸਿੱਖੋਗੇ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਥੈਂਕ ਯੂ ਐਂਡ ਜਿੰਨੇ ਵੀ ਇੱਥੇ ਹੋਰ ਨੇ ਕਿਸੇ ਨੇ ਵੀ ਵਾਕ ਕਰਦੇ ਆਪਣੇ ਨੇਲਸ ਨਹੀਂ ਬਾਈਟ ਕਰਨੇ ਹੱਥ 'ਚ ਨਹੀਂ ਫੜਨੇ ਜਾਂ ਸੂਟ ਵਗੈਰਾ ਨਹੀਂ ਫੜਨਾ ਹੈਗਾ ਸਟ੍ਰੇਟ ਕੰਫੀਡੈਂਟਲੀ ਵਾਕ ਕਰੋ ਆਈ ਥਿੰਕ ਸਾਨੂੰ ਇੱਕ ਵਾਰੀ ਸਮ੍ਰਿਤੀ ਮੈਮ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਇੱਕ ਵਾਰੀ ਕੈਟ ਵਾਕ ਕਰਕੇ ਦਿਖਾਉਣ ਤਾਂ ਕਿ ਸਾਡੇ ਪਾਰਟਿਸਿਪੈਂਟਸ ਥੋੜ੍ਹਾ ਹੋਰ ਕੰਫੀਡੈਂਟ ਹੋ ਜਾਣ ਠੀਕ ਹੈ ਸਮ੍ਰਿਤੀ ਮੈਮ ਸਾਰੀ ਸਾਰੀ ਲੇਡੀਜ਼ ਚਲੋ ਸ਼ਾਜ਼ੀ ਤੁਸੀਂ ਵੀ ਚਲੋ ਹੁਣ ਸਾਰੀ ਵਾਕ ਦੇਖਿਓ ਤੇ
ਪਹਿਲੀ ਗੱਲ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਮੇਕਅਪ ਆਰਟਿਸਟ ਹੋ ਤੁਸੀਂ ਆਪਣਾ ਮੇਕਅਪ ਖੁਦ ਕੀਤਾ ਜੀ ਓ ਵਾਓ ਦੈਟਸ ਵੈਰੀ ਨਾਈਸ ਤੇ ਸੈਕਿੰਡ ਫੈਮਿਲੀ ਚ ਕੌਣ ਕੌਣ ਹੈ ਮੇਰੀ ਨਿਊਕਲੀ ਫੈਮਿਲੀ ਹੈ ਮੇਰੇ ਹਸਬੈਂਡ ਮੇਰਾ ਬੇਟਾ ਔਰ ਮੇਰੇ ਮਦਰ ਓਕੇ ਤੁਹਾਡੇ ਹਸਬੈਂਡ ਤੁਹਾਡੇ ਬੇਟਾ ਤੇ ਤੁਹਾਡੇ ਮਦਰ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ੍ਹ ਦੇ ਫਾਸਟ ਮੂਵਿੰਗ ਵਰਲਡ ਦੇ ਵਿੱਚ ਜੁਆਇੰਟ ਫੈਮਿਲੀ ਜ਼ਿਆਦਾ ਜ਼ਰੂਰੀ ਹੈ ਜਾਂ ਨਿਊਕਲੀਅਰ ਫੈਮਿਲੀ ਭੁੱਲ ਗਏ ਲੋਕ ਵਹਿ ਪੀੜੀ ਉੱਤੇ ਚੁੱਲ੍ਹੇ ਮੂਰੇ ਰੋਟੀ ਖਾਣੀ
ਚੂਲੇ ਮੂਰੇ ਰੋਟੀ ਖਾਣੀ। ਸਤਿਕਾਰਯੋਗ ਜੱਜ ਸਾਹਿਬਾਨ, 9 to 9 ਐਂਟਰਟੇਨਮੈਂਟ ਦੀ ਪੂਰੀ ਟੀਮ ਅਤੇ ਮੇਰੀ ਪਿਆਰੀ ਸਖੀ ਸਹੇਲੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰੁਮਾਨੀ ਹੈ ਅਤੇ ਮੈਂ ਜਿਨ੍ਹਾਂ ਦੇ ਨਾਲ ਵਿਆਹੀ ਹੋਈ ਹਾਂ ਉਹਨਾਂ ਦਾ ਨਾਮ ਸਰਦਾਰ ਮੋਹਿਤ ਹੈ। ਮੈਂ ਬਾਏ ਪ੍ਰੋਫੈਸ਼ਨ ਇੱਕ ਟੀਚਰ ਹਾਂ ਅਤੇ ਮੈਂ PAU ਸਕੂਲ 'ਚ ਪੜ੍ਹਾਉਂਦੀ ਹਾਂ ਐਂਡ ਆਈ ਲਵ ਦਿਸ ਪ੍ਰੋਫੈਸ਼ਨ ਬਿਕੋਜ਼ ਟੀਚਿੰਗ ਇੱਕ ਇੱਦਾਂ ਦਾ ਪ੍ਰੋਫੈਸ਼ਨ ਹੈ ਜਿਹਦੇ ਨਾਲ ਤੁਸੀਂ ਆਪਣਾ ਮੈਕਸੀਮਮ ਬੱਚਿਆਂ ਨੂੰ ਦੇ ਸਕਦੇ ਹੋ। ਥੈਂਕ ਯੂ ਅਤੇ ਅੱਜ ਮੈਂ ਧੰਨਵਾਦ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਸਰਦਾਰ ਪਰਮਿੰਦਰ ਸਿੰਘ ਦਾ ਅਤੇ 9 to 9 ਐਂਟਰਟੇਨਮੈਂਟ ਦੀ ਪੂਰੀ ਟੀਮ ਦਾ ਜਿਹਨਾਂ ਨੇ ਸਪੈਸ਼ਲੀ ਸਾਡੇ ਵਰਗੀ ਵਿਆਹੀਆਂ ਵੀ ਔਰਤਾਂ ਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਮੰਚ 'ਤੇ ਆ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ। ਥੈਂਕ ਯੂ ਸੋ ਮੱਚ। ਅਪਰਚੁਨਿਟੀ ਹਰ ਇੱਕ ਬੰਦੇ ਨੂੰ ਮਿਲਦੀ ਹੈ ਅਤੇ ਜਿਹੜਾ ਉਸ ਓਪਰਚੁਨਿਟੀ ਨੂੰ ਗ੍ਰੈਬ ਕਰ ਰਹੇ ਵਧੀਆ ਤਰੀਕੇ ਨਾਲ, ਹੈ ਨਾ,
ਉਹ ਪਰਸਨ ਸਕਸੈਸਫੁਲ ਹੋ ਜਾਂਦਾ ਅੱਗੇ ਜਾ ਕੇ ਅਤੇ ਕਿਸਮਤ ਬਹੁਤ ਘੱਟ ਰੋਲ ਪਲੇ ਕਰਦੀ ਹੈ ਕਰਦੀ ਹੈ ਰੋਲ ਥੋੜ੍ਹਾ ਜਿਹਾ ਪਲੇ ਕਰਦੀ ਹੈ ਕਰਦੀ ਵੀ ਹੈ 25-30% ਬਟ ਬਾਕੀ ਜਿਹੜਾ ਹਾਰਡ ਵਰਕ ਅਤੇ ਥੋੜ੍ਹੀ ਮਿਹਨਤ ਅਤੇ ਥੋੜ੍ਹੀ ਡੈਡੀਕੇਸ਼ਨ ਥੈਂਕ ਯੂ ਜੀ ਥੈਂਕ ਯੂ So let's have a huge round of applause for our participant at number 111, Romani Budani. Thank you so much, ma'am. Moving ahead, let's invite the next participant on the stage, tag number 112, Sonia Malhotra. Ek bar saare hamare next participant ke liye zordar taaliyan, tag number 112, Sonia Malhotra. ਸਰ
ਬਿਲਕੁਲ ਮੈਂ ਜਸਲੀਨ ਦੀ ਗੱਲ ਨਾਲ ਬਿਲਕੁਲ ਐਗਰੀ ਕਰਦੀ ਹਾਂ ਕਿਉਂਕਿ ਜੇ ਮੈਂ ਵੀ ਲਾਈਫ 'ਚ ਕਿਤੇ ਅੱਗੇ ਵੱਧ ਰਹੀ ਹਾਂ ਹੈ ਨਾ, ਸਭ ਤੋਂ ਪਹਿਲਾਂ ਤਾਂ ਵੈਸੇ ਪੰਜਾਬ ਦੇ ਵਿੱਚ ਵਿਆਹ ਤੋਂ ਬਾਅਦ ਪਾਰਟੀਸਪੇਟ ਕਰਨਾ ਅਤੇ ਸਟੇਜ 'ਤੇ ਆਉਣਾ, ਅਤੇ ਸਭ ਤੋਂ ਪਹਿਲਾਂ ਥੈਂਕਸ 99 ਐਂਟਰਟੇਨਮੈਂਟ ਪਰਮਿੰਦਰ ਸਰ ਹਰਪ੍ਰੀਤ ਮੈਮ ਦਾ ਕਿ ਇਹਨਾਂ ਨੇ ਸਟੇਜ ਪ੍ਰੋਵਾਈਡ ਕਰਾਈ ਕਿ ਅਸੀਂ ਵਿਆਹ ਤੋਂ ਬਾਅਦ ਵੀ ਅੱਗੇ ਵੱਧ ਸਕੀਏ. ਦੈਨ ਫੈਮਿਲੀ ਦਾ ਬਹੁਤ ਵੱਡਾ, ਜਦੋਂ ਤੁਹਾਡੇ ਹਸਬੈਂਡ ਆ ਰਹੇ ਸੀ ਨਾ, ਅਤੇ ਲਾਈਕ ਮੇਰੀ ਫਲੈਸ਼ਬੈਕ ਮੈਮਰੀਜ਼ ਦੇ ਵਿੱਚ, ਕਿਉਂਕਿ ਮੈਂ ਮੈਨੂੰ ਯਾਦ ਹੈ ਜੋ ਸਾਡਾ ਸੈਮੀ ਫਾਈਨਲ ਸੀਗਾ ਉਦੋਂ ਵੀ ਸਰ ਨੇ ਜਿਨ੍ਹਾਂ ਦੇ ਵੀ ਹਸਬੈਂਡ ਅਵੇਲੇਬਲ ਸੀ ਉਸ ਦਿਨ, ਅਤੇ ਅਸੀਂ ਵਾਕ ਕੀਤੀ ਸੀ. ਮੈਂ ਆਪਣੇ, ਮੈਨੂੰ ਉਹ ਪੂਰਾ ਯਾਦ ਆ ਗਿਆ ਕਿ ਮੈਂ ਆਪਣੇ ਹਸਬੈਂਡ ਨਾਲ ਵਾਕ ਕੀਤੀ ਸੀਗੀ, ਅਤੇ ਅੱਖਾਂ 'ਚ ਪਾਣੀ ਵੀ ਆ ਗਿਆ ਔਰ ਯਾਦ ਵੀ ਕਿ ਉਹ ਦਿਨ ਵੀ ਸੀਗਾ ਔਰ ਅੱਜ ਕੇ ਦਿਨ ਵੀ ਹੈ. ਮੈਂ ਬਹੁਤ ਥੈਂਕਫੁਲ ਹਾਂ ਮੇਰੇ ਹਸਬੈਂਡ ਦੀ, ਮੇਰੀ ਫੈਮਿਲੀ ਦੀ, ਮਦਰ ਐਂਡ ਲਾਅ ਦੀ, ਸਾਰਿਆਂ ਦੀ. ਸੱਚੀ ਵਿੱਚ ਮਤਲਬ ਇੱਕ ਜਦੋਂ ਤੁਸੀਂ ਕੁਛ ਵੀ ਕਰ ਰਹੇ ਹੋ ਨਾ, ਕੁਛ ਵੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਖੜ੍ਹੇ ਹੋ, ਕੁਛ ਵੀ ਕਰ ਰਹੇ ਹੋ, ਜੇ ਕੋਈ ਵੀ ਤੁਹਾਡੇ ਨਾਲ ਨਹੀਂ ਹੈ ਨਾ, ਤੁਹਾਡਾ ਪਰਿਵਾਰ ਨਾਲ ਹੈ ਨਾ, ਤੁਸੀਂ ਦੁਨੀਆ ਦੀ ਕੋਈ ਵੀ ਵੱਡੀ ਤੋਂ ਵੱਡੀ ਚੀਜ਼. ਬਿਲਕੁਲ, ਮੈਰਿਡ ਲੇਡੀ ਲਈ ਹਸਬੈਂਡ ਔਰ ਫੈਮਿਲੀ ਦਾ ਵੀ ਸਪੋਰਟਿਵ ਹੋਣਾ ਓਨਾ ਹੀ ਜ਼ਰੂਰੀ ਹੈ. ਜੇ ਉਹ ਤੁਹਾਡੇ ਨਾਲ ਖੜ੍ਹੇ ਨੇ, ਤੁਸੀਂ ਦੁਨੀਆ ਦੀ ਕੋਈ ਵੀ ਲੜਾਈ ਜਿੱਤ ਸਕਦੇ ਹੋ, ਕਿਤੇ ਵੀ ਜਾ ਕੇ ਕੁਛ ਵੀ ਕਰ ਸਕਦੇ ਹੋ. ਚਲੋ ਇਹਦੇ ਨਾਲ ਹੀ ਮੈਂ ਇੱਕ ਹੋਰ ਸਵਾਲ ਜੋੜੂੰਗੀ. ਤੁਹਾਡੇ ਅਕੋਰਡਿੰਗ ਕੁੜੀਆਂ ਦੇ ਵਿਆਹ ਵਿੱਚ ਜਿਹੜੇ ਗਾਉਣ ਵਾਲੇ ਗੀਤ ਹੁੰਦੇ ਨੇ, ਉਹਨਾਂ ਨੂੰ ਕੀ ਕਹਿੰਦੇ ਨੇ? ਸੁਹਾਗ ਕਹਿੰਦੇ ਨੇ. ਅਤੇ ਮੁੰਡਿਆਂ ਦੇ ਵਿਆਹ ਵਿੱਚ ਅਤੇ ਤੁਹਾਨੂੰ ਕੋਈ ਸੁਹਾਗ ਆਉਂਦਾ? ਇਸ ਤੁਸੀਂ ਟੈਲੈਂਟ ਫਾਰਮ 'ਚ ਕੀ ਕਰਨ ਵਾਲੇ ਹੋ? ਮੈਂ ਸਿੰਗਿੰਗ ਕਰਨ ਵਾਲੀ ਹਾਂ. ਮੈਂ ਤੁਹਾਨੂੰ ਇੱਕ ਘੋੜੀ ਸੁਣਾਵਾਂਗੀ. ਠੀਕ ਹੈ, ਕੋਈ ਦੱਸੋ ਜੀ, ਕਿਆ ਫਿਰ ਆਪਾਂ ਉਹਦੇ ਲਈ Thank you so much. She is contestant 112, Sonia Malhotra.